ਸਰਦੂਲ ਸਿਕੰਦਰ ਦੇ ਦਿਹਾਂਤ ਤੋਂ ਬਾਅਦ ਪੰਜਾਬ ਦੇ ਵਿੱਚ ਗਾਇਕੀ ਖੇਤਰ ਦੇ ਵਿੱਚ ਉਹਨਾਂ ਨੂੰ ਪਿਆਰ ਕਰਨ ਵਾਲੇ ਗਹਿਰੇ ਸਦਮੇ ਦੇ ਵਿੱਚ ਨੇ। ਹਰ ਇੱਕ ਦੇ ਅੰਦਰ ਸੋਗ ਦੀ ਲਹਿਰ ਹੈ। ਲੋਕ ਕਹਿੰਦੇ ਨੇ ਕਿ ਸਰਦੂਲ ਸਿਕੰਦਰ ਪੰਜਾਬੀ ਗਾਇਕੀ ਦੀ ਸ਼ਾਨ ਸਨ। ਪੰਜਾਬ ਦੀ ਗਾਇਕੀ ਦੀ ਰੀੜ ਦੀ ਹੱਡੀ ਸਰਦੂਲ ਸਿਕੰਦਰ ਅੱਜ ਨਹੀਂ ਰਹੇ, ਜਿਹਨੂੰ ਲੈ ਕੇ ਅੱਜ ਪੂਰੇ ਦੇਸ਼ਾਂ ਵਿਦੇਸ਼ਾਂ ਵਿੱਚ ਵਸੇ ਪੰਜਾਬੀਆਂ ਦੇ ਵਿੱਚ ਜਿਹੜਾ ਕਾਫੀ ਗਹਿਰਾ ਸਦਮਾ ਹੈ, ਕਿਉਂਕਿ ਜਿਵੇਂ ਹੀ ਅੱਜ ਇਸ ਖਬਰ ਆਈ ਕਿ ਸਰਦੂਲ ਸਿਕੰਦਰ ਨਹੀਂ ਰਹੇ, ਉਸ ਤੋਂ ਬਾਅਦ ਹੀ ਜਿਹੜਾ ਸੋਸ਼ਲ ਮੀਡੀਆ ਦੇ ਉੱਪਰ ਵੀ ਕਾਫੀ ਗਹਿਰਾ ਸੰਕਟ ਛਾ ਗਿਆ, ਕਿਉਂਕਿ ਉਹਨਾਂ ਦੇ ਗਾਣੇ ਜਿਹੜੇ ਸੀ ਮਾਵਾਂ ਹੋਣ ਠੋਕਰਾਂ ਹੋਣ ਇਸ ਤਰ੍ਹਾਂ ਦੇ ਗਾਣੇ ਕਾਫੀ ਪ੍ਰਚਲਿਤ ਗਾਣੇ ਸੀਗੇ, ਲੋਕਾਂ ਨੂੰ ਕਾਫੀ ਪਸੰਦ ਆਉਂਦੇ ਸੀਗੇ, ਅੱਜ ਉਹਨਾਂ ਦੇ ਨਾਂ ਰਹਿਣ ਤੇ ਕਾਫੀ ਗਹਿਰਾ ਸਦਮਾ ਹੈ। ਇਸ ਵਕਤ ਇੱਥੇ ਸਾਡੇ ਨਾਲ ਵੱਡੀ ਜਿਹੜੀ ਤਾਦਾਦ ਦੇ ਵਿੱਚ ਲੋਕ ਬੈਠੇ ਨੇ, ਇਹਨਾਂ ਨਾਲ ਗੱਲ ਕਰਾਂਗੇ। ਇੱਕ ਅਨਮੋਲ ਹੀਰਾ ਸੀ, ਇਹਦੀ ਵੱਖਰੀ ਪਛਾਣ ਸੀ, ਇਹਦੇ ਜਿੰਨੇ ਵੀ ਗਾਣੇ ਸੀ ਆਪਾਂ ਪਰਿਵਾਰ 'ਚ ਬਹਿ ਕੇ ਸੁਣ ਸਕਦੇ ਸੀ, ਸਾਰੇ ਸਭ ਪਰਿਵਾਰ ਦੇ ਸਾਂਝੇ ਗਾਣੇ ਸੀ। ਜਦੋਂ ਇਸ ਤਰ੍ਹਾਂ ਦੇ ਗਾਇਕ ਜਿਹੜੇ ਮਸ਼ਹੂਰ ਗਾਇਕ ਜਿਹੜੇ ਨੇ ਚਲੇ ਜਾਂਦੇ ਨੇ ਤਾਂ ਸਦਮਾ ਤਾਂ ਹੁੰਦਾ ਹੀ ਹੈ। ਨਹੀਂ, ਸਦਮਾ ਬਹੁਤ ਵੱਡਾ ਹੋਇਆ ਜੀ, ਬਹੁਤ ਵਧੀਆ ਕਲਾਕਾਰ ਸੀ, ਇਹ ਪੁਰਾਣੇ ਕਲਾਕਾਰ ਸੀ ਜਿਹੜੇ ਨੇ ਡਿਊਟ ਵੀ ਬੋਲਦੇ ਅਮਰ ਨੂਰ ਜੀ ਨਾਲ ਬੋਲਦੇ ਨੇ, ਅਤੇ ਇਹੋ ਜਿਹੇ ਕਲਾਕਾਰ ਜਿਹੜੇ ਨੇ ਪੈਦਾ ਮੁਸ਼ਕਲ ਨਾਲ ਹੁੰਦੇ ਨੇ, ਬਹੁਤ ਵਧੀਆ ਕਲਾਕਾਰ। ਬਹੁਤ ਘਾਟਾ ਪਿਆ ਜੀ ਇਹਨਾਂ ਦਾ, ਇਹਨਾਂ ਜਾਣ ਦੇ ਨਾਲ ਕਰੋਨਾ ਸੀ, ਸ਼ਾਇਦ ਦੱਸਦੇ ਕਿ ਇਹਨਾਂ ਕਰੋਨਾ ਹੋਇਆ, ਲੇਕਿਨ ਇਹਨਾਂ ਦੀ ਸਰਕਾਰ ਨੇ ਕਿਸੇ ਨੇ ਜਾਂ ਨਾ ਕਿਸੇ ਕਲਾਕਾਰ ਨੇ ਇਹਨਾਂ ਦੀ ਪੁੱਛਗਿੱਛ ਕੀਤੀ। ਕਿੱਡਾ ਖਦਸ਼ਾ ਹੋ ਜਾਂਦਾ ਕਿ ਸਰਕਾਰਾਂ ਪੁੱਛਦੀਆਂ ਨਹੀਂ, ਸਾਡੇ ਐਡੇ ਵਿਰਸੇ ਜਿਹੜੇ ਉਹ ਚਲੇ ਜਾਂਦੇ ਨੇ? ਸਾਡੇ ਵੇਖੋ ਜੀ, ਇਹ ਸਰਕਾਰਾਂ ਜਿਹੜੀਆਂ ਨਾ, ਕੋਈ ਵੀ ਆਪਣੇ ਸਿਰਫ ਵੋਟ ਬੈਂਕ ਵਾਸਤੇ ਕਰਦੇ ਆ, ਲੇਕਿਨ ਜਿਹੜੇ ਇਹੋ ਜਿਹੇ ਸਾਡੇ ਹੀਰੋ ਨੇ ਇਹਨਾਂ ਵਾਸਤੇ ਕੋਈ ਕੇਅਰ ਨਹੀਂ ਕਰਦੇ। ਇਹ ਸਾਡੇ ਹੀਰੋ ਸੀਗੇ, ਸਾਈ ਇਹਨਾਂ ਦੇ ਸਿਰ 'ਤੇ ਮਤਲਬ ਜਿਹੜੇ ਗੀਤ ਇਸ ਕਰਦੇ ਸੀਗੇ, ਇਹਨਾਂ ਦੇ ਗੀਤਾਂ ਦੇ ਸੁਣ ਸੁਣ ਕੇ ਜਿਹੜਾ ਨਾ ਅਗਾਂਹ ਅੱਗੇ ਕਲਚਰ ਹੋਇਆ, ਅਤੇ ਡੇਢ ਦੋ ਮਹੀਨੇ ਤੋਂ ਲਗਾਤਾਰ ਜੋ ਬਿਮਾਰ ਚੱਲਿਆ ਹੈ, ਇਹਨੂੰ ਨਾ ਸੈਂਟਰ ਸਰਕਾਰ ਨੇ ਪੁੱਛਿਆ ਨਾ ਪੰਜਾਬ ਸਰਕਾਰ ਨੇ ਪੁੱਛਿਆ, ਇਹਨਾਂ ਦਾ ਕੋਈ ਇਲਾਜ ਨਹੀਂ ਕੀਤਾ ਗਿਆ। ਇਲਾਜ ਇਹਦਾ ਪਹਿਲੇ ਤਾਂ ਜਿੰਨੇ ਵੀ ਮੰਤਰੀਆਂ ਨੂੰ ਕਰੋਨਾ ਹੁੰਦਾ ਵਾ ਉਹ ਸਾਰੇ ਮੰਤਰੀ ਠੀਕ ਹੋਏ ਆ, ਮਰਿਆ ਨਹੀਂ ਕੋਈ। ਜਿੰਨੇ ਵੀ ਗਵਰਨਰਾਂ ਨੂੰ ਹੋਇਆ ਵਾ ਉਹ ਵੀ ਮਰੇ ਨਹੀਂ ਗੇ, ਉਹ ਠੀਕ ਹੋਏ ਆ। ਉਹਨਾਂ ਵਾਸਤੇ ਦਵਾਈ ਕਿੱਥੋਂ ਆਈ ਗਈ? ਕੀ ਸਰਦੂਲ ਸਿਕੰਦਰ ਵਾਸਤੇ ਦਵਾਈ ਨਹੀਂ ਸੀ ਆ ਸਕਦੀ? ਇਹਦੇ ਵਾਸਤੇ ਉਹ ਦਵਾਈ ਨਹੀਂ ਸੀ ਹੈਗੀ ਜਿਹੜੀ ਕਹਿੰਦੀ ਆ ਰੋਜ਼ ਮਾਰਕਾ ਮਾਰਦੇ ਵੀ ਦਵਾਈ ਲੈਂਦੀ ਆ? ਜੇ ਹਰ ਲੀਡਰ ਭਾਵੇਂ ਕੋਈ ਵੱਡਾ ਲੀਡਰ ਹੋ ਰਿਹਾ, ਹਰ ਬੰਦਾ ਜਿਹੜਾ ਦੁੱਖ ਜ਼ਾਹਿਰ ਕਰਦਾ, ਭਾਵੇਂ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਹੋ ਜਾਣ, ਇਹ ਸਭ ਡਰਾਮੇਬਾਜ਼ੀ ਆ, ਵਿਖਾਵਾ ਵਾ। ਇਹਨਾਂ ਨੂੰ ਜਦੋਂ ਕਰੋਨਾ ਹੁੰਦਾ ਇਹਨਾਂ ਨੂੰ ਕੌਣ ਕੌਣ ਠੀਕ ਕਰਦੇ? ਕੋਈ ਇਹਨਾਂ ਵਾਸਤੇ ਦਵਾਈਆਂ ਕਿੱਥੋਂ ਆ ਜਾਂਦੀਆਂ? ਤਾਂ ਇਹਨਾਂ ਨੂੰ ਕਰੋਨਾ ਦਾ ਜਦੋਂ ਇਹੋ ਜਿਹੇ ਵੱਡੇ ਵੱਡੇ ਕਲਾਕਾਰਾਂ ਨੂੰ ਜਾਂ ਕੋਈ ਇੱਦਾਂ ਹੁੰਦਾ ਵਾ, ਉਹਨਾਂ ਵਾਸਤੇ ਦਵਾਈ ਕਿਉਂ ਨਹੀਂ ਆਉਂਦੀ ਇਹਨਾਂ ਕੋਲ? ਕਾਫੀ ਜਿਹੜੇ ਲੋਕ ਨੇ ਉਹ ਸਦਮੇ ਵਿੱਚ ਤੇ ਖਦਸ਼ਾ ਵੀ ਜ਼ਾਹਿਰ ਕਰਦੇ ਪਏ ਨੇ ਕਿ ਸਰਕਾਰਾਂ ਨੂੰ ਤੇ ਅੱਜ ਦੇ ਜਿਹੜਾ ਯੁਵਾ ਗੀਤਕਾਰ ਨੇ ਉਹਨਾਂ ਨੂੰ ਆਪਣੇ ਵਿਰਸੇ ਸੰਭਾਲਣ ਦੀ ਜ਼ਰੂਰਤ ਹੈ। ਕੈਮਰਾਮੈਨ ਸ਼ੁਭਮ ਸ਼ਰਮਾ ਦੇ ਨਾਲ ਤਪਿਨ ਮਲਹੋਤਰਾ, ਜ਼ੀ ਮੀਡੀਆ, ਅੰਮ੍ਰਿਤਸਰ।